ਨਾਬਾਦੇ ਵਿੱਚ ਹੋਏ ਗੈਂਗਰੇਪ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਹਾਲਾਂਕਿ ਗੈਂਗਰੇਪ ਦਾ ਮਾਮਲਾ ਦਾਜ ਕਰਨ ਤੋਂ ਬਾਅਦ ਇਹਦੇ ਵਿੱਚ ਜਿਹੜੇ ਅਕਿਊਜ਼ ਨੇ ਉਹ ਵੀ ਕਾਬੂ ਕੀਤੇ ਗਏ ਨੇ ਇੱਕ ਅਕਿਊਜ਼ ਅਜੇ ਫਰਾਰ ਹੈ ਜਲਦੀ ਉਦੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਦੂਜੇ ਪਾਸੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਵੀ ਇਸ ਪੂਰੇ ਕੇਸ ਨੂੰ ਵੇਖਦੇ ਹੋਏ ਸੋਮੋਟੋ ਲਿੱਤਾ ਗਿਆ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ 3 ਦਿਨ ਤੱਕ ਇਹਦੀ ਰਿਪੋਰਟ ਜਿਹੜੀ ਆ ਉਹ ਦੇਣ ਵਾਸਤੇ ਕਿਹਾ ਗਿਆ ਕਿਉਂਕਿ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਬਿਲਕੁਲ ਜਿਹੜੇ ਕਾਲਜ ਆ ਉਹਦੇ ਹੀ ਪਰਮਿਸਿਸ ਦੇ ਵਿੱਚ ਇਹ ਪੂਰਾ ਗੈਂਗ ਰੇਪ ਹੋਇਆ ਹੈ ਔਰ ਇਸ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਵੀ ਕਰ ਰਹੀ ਹੈ ਸਾਡੇ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਮੈਡਮ ਕਿਉਂਕਿ ਇਹ ਪੂਰਾ ਮਾਮਲਾ ਆਇਆ ਹੈ ਤੁਹਾਡੇ ਸੰਗਿਆਨ ਚ ਆਇਆ ਤੁਸੀਂ ਸੂਮੋਟੋ ਲੀਤਾ ਹੈ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਦੀ ਕੇਸਿਸ ਸਾਹਮਣੇ ਆਉਂਦੇ ਤੁਸੀਂ ਨਾਲ ਦੇ ਨਾਲ ਇਹਦੇ ਵਿੱਚ ਰਿਪੋਰਟਸ ਜਿਹੜੀ ਆ ਪੁਲਿਸ ਤੋਂ ਲੈਂਦੇ ਲੇਕਿਨ ਇਹ ਜਿਹੜਾ ਪਾਰਟਿਕੂਲਰ ਮਾਮਲਾ ਹੈ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿਉਂਕਿ ਪਰਮਿਸਿਸ 'ਚ ਹੋਇਆ ਔਰ ਉਹ ਵੀ ਪ੍ਰਿੰਸੀਪ ਦੇਖੋ ਇਹ ਗੱਲ ਜਿਹੜੀ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਆ ਔਰ ਬਹੁਤ ਸੀਰੀਅਸ ਮੈਟਰ ਹੈ ਕਿ ਇੱਕ ਲੜਕੀ ਦਾ ਗੈਂਗ ਰੇਪ ਜਿਹੜਾ ਆ ਉਹ ਕਾਲਜ ਪ੍ਰਮਿਸਿਸ ਚ ਹੁੰਦਾ ਦੁਪਹਿਰੇ 1:30 ਵਜੇ ਹੁੰਦਾ ਠੀਕ ਹੈ ਔਰ ਲੇਕਿਨ ਇਹਦੇ ਅੰਦਰ ਇੱਕ ਛੋਟੀ ਜੀ ਗੱਲ ਇਹ ਆਂਦੀ ਹੈ ਕਿ ਲੜਕੀ ਇਹ ਲੜਕੇ ਨੂੰ ਜਾਣਦੀ ਸੀਗੀ ਫ্রম ਲਾਸਟ 2-3 ਮੰਥਸ ਇਹ ਉਹਨਾਂ ਨੂੰ ਜਾਣਦੀ ਸੀ ਇੱਕ ਇੱਕ ਮੁੰਡੇ ਨੂੰ ਜਾਣਦੀ ਸੀ ਤੇ ਜਿਹੜੇ ਕਿ ਤਿੰਨ ਮੁੰਡੇ ਸੀਗੇ ਜਿਨ੍ਹਾਂ ਚ ਦਵਿੰਦਰ ਤੇ ਇਹ ਕਹਿ ਗਾਇਆ ਰਵਨੀਤ ਹੈਗਾ ਇਹ ਤੇ ਅਰੈਸਟ ਕਰ ਲੇਗੇ ਪਰ ਇਹ ਲड़का ਹੈਰੀ ਹੈਗਾ ਜਿਹੜਾ ਕਿ ਹਲੇ ਤੱਕ ਭੱਜਿਆ ਹੋਇਆ ਉਹ ਨੂੰ ਵੀ ਕਰ ਲਿੱਤਾ ਜਾਏਗਾ। ਔਰ ਪੁਲਿਸ ਜਿਹੜੀ ਹੈ ਆਪਣਾ ਜਦੋਂ ਹੀ ਪੁਲਿਸ ਨੂੰ ਪਤਾ ਚੱਲਿਆ ਪਹਿਲਾ 27th ਨੂੰ ਇਹ ਗੱਲ ਹੋਈ ਸੀ ਜੀ। 27th ਮਾਰਚ ਨੂੰ ਤੇ 8th April ਨੂੰ ਉਹ ਲੜਕੀ ਨੇ ਸ਼ਾਇਦ ਘਰ ਆ ਆਪਣੇ ਗੱਲ ਕੀਤੀ ਪੇਰੈਂਟਸ ਦੇ ਨਾਲ ਕਿ ਉਹਦੇ ਨਾਲ ਇਹ ਇਨਸੀਡੈਂਟ ਹੋਇਆ ਤੇ ਉਹਨਾਂ ਦੇ ਪੇਰੈਂਟਸ ਨੇ ਉਹ ਕੁੜੀ ਨੂੰ ਸਮਝਾ-ਭੁਜਾ ਕੇ ਤੇ ਇਹ ਤੇ ਰਿਪੋਰਟ ਲਿਖਾਈ ਐ ਐਫ ਆਈ ਆਰ ਦਰਜ ਹੋਈ ਐ। ਉਹ ਲੜਕੀ ਨੂੰ ਮੁੰਡਿਆਂ ਦੀ ਤਰਫੋਂ ਧਮਕਾਇਆ ਗਿਆ ਸੀ। ਕਿ ਜੇ ਤੂੰ ਇਹ ਗੱਲ ਕਿਸੇ ਨੂੰ ਦੱਸੀ ਜਾਂ ਕੁਝ ਕੀਤਾ ਤੇ ਅਸੀਂ ਹੋਰ ਤੈਨੂੰ ਬਹੁਤ ਹਾਮ ਕਰਾਂਗੇ ਤੇ ਉਹਦੇ ਕਰਕੇ ਉਹ ਲੜਕੀ ਡਰ ਹੀ ਰਹੀ ਕਾਫੀ ਦੇਰ ਤੱਕ ਪਰ ਜਦੋਂ ਉਹਦੇ ਪੇਰੈਂਟਸ ਨੂੰ ਪਤਾ ਲੱਗਿਆ ਉਹਨਾਂ ਨੇ ਸਮਝਾ ਕੇ ਲੜਕੀ ਨੂੰ ਲੈ ਕੇ ਆਏ ਨੇ ਜਿੱਦਾਂ ਹੀ ਐਫ ਆਈ ਆਰ ਹੋਈ ਹੈ ਪੁਲਿਸ ਨੇ ਉਸੇ ਟਾਈਮ ਲੱਭ ਕੇ ਇਹਨਾਂ ਨੂੰ ਅਰੈਸਟ ਵੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਦੋ ਲੜਕੇ ਇਮੀਡੀਏਟਲੀ ਅਰੈਸਟ ਕਰ ਲਿੱਤੇ ਗਏ ਨੇ ਹੁਣ ਗੱਲ ਇਹ ਹੈ ਕਿ ਇਹ ਇਨਸੀਡੈਂਟ ਕਾਲਜ ਪ੍ਰੀਮਿਸਸਿਸ ਦੇ ਅੰਦਰ ਹੋਇਆ ਹੈ ਠੀਕ ਹੈ ਔਰ ਉਹਦੇ ਉੱਤੇ ਵੀ ਥੋੜਾ ਜਿਹਾ ਸਵਾਲ ਉੱਠਦੇ ਨੇ ਕਬੀਏ ਸਿਕਿਉਰਿਟੀ ਜਿਹੜੀ ਆ ਇਹਨਾਂ ਨੇ ਕਾਲਜ ਦੀ ਕਿਵੇਂ ਆ ਇਹ ਸਾਰਾ ਹੁਣ ਪੁਲਿਸ ਦਾ ਮਾਮਲਾ ਆ ਇਹ ਕਿਵੇਂ ਤਫਤੀਸ਼ ਕਰ ਰਹੇ ਨੇ ਉਹ ਸੀਸੀਟੀਵੀ ਕੈਮਰਾਸ ਦੇਖਣਗੇ ਪ੍ਰਿੰਸੀਪਲ ਨਾਲ ਗੱਲ ਕਰਨਗੇ ਔਰ ਸਾਰੀ ਚੀਜ਼ ਜਦੋਂ ਸਾਹਮਣੇ ਆਏਗੀ ਉਸੇ ਟਾਈਮ ਅਸੀਂ ਉਹਦਾ ਤੇ ਕੋਈ ਨਤੀਜਾ ਪਹੁੰਚਾ ਸਕਦੇ ਸੀ ਮੈਮ ਜਿੱਦਾਂ ਤੁਸੀਂ ਕਿਹਾ ਕਿ ਦੋ ਤਿੰਨ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਪਰਮਿਸਿਸ ਹੋਇਆ ਸਿਕਿਉਰਿਟੀ ਨੂੰ ਲੈ ਕੇ ਸਵਾਲੀਆ ਨਿਸ਼ਾਨ ਹੈ ਅੱਗੇ ਇਸ ਤਰ੍ਹਾਂ ਦੀ ਚੀਜ਼ਾਂ ਨਾ ਹੋਣ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਨਾ ਹੋਣ ਉਹਦੇ ਵਾਸਤੇ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਲਿਖ ਰਹੇ ਹੋ ਜਾਂ ਫਿਰ ਸਕੂਲ ਪ੍ਰਬੰਧਕ ਨੂੰ ਲ ਦੇਖੋ ਐਦਾ ਹੈ ਕਿ ਜਦੋਂ ਆਹੋ ਜੀ ਗੱਲ ਹੁੰਦੀ ਹੈ ਸਭ ਤੋਂ ਪਹਿਲਾਂ ਅਸੀਂ ਦੇਦੇ ਹਾਂ ਕਿ ਸੇਫਟੀ ਕਿਵੇਂ ਹੈ ਬੱਚਿਆਂ ਦੀ ਹੁਣ ਇੱਕ ਕੋਆਰਡ ਕਾਲਜ ਹੈ ਤੇ ਇਹਦੇ ਅੰਦਰ ਜੇਕਰ ਮੁੰਡਿਆਂ ਨੇ ਵੀ ਆਣਾ ਹੈ ਕੁੜੀਆਂ ਨੇ ਵੀ ਆਣਾ ਹੈ ਇਹਦੇ ਅੰਦਰ ਜਿਹੜਾ ਕਾਲਜ ਦਾ ਪ੍ਰੋਸੈਸ਼ਨ ਹੈਗਾ ਆ ਉਹ ਕਿਸ ਤਰੀਕੇ ਦੀ ਸਿਕਿਉਰਿਟੀ ਸਿਸਟਮ ਆਪਣੇ ਕਾਲਜ ਚ ਪਾਉਂਦੇ ਨੇ ਉਹਨਾਂ ਦੇ ਸੀਸੀਟੀਵੀ ਕੈਮਰਾਜ਼ ਨੇ ਉਹਨਾਂ ਦੇ ਸਿਕਿਉਰਿਟੀ ਗਾਰਡਸ ਨੇ ਕੀ ਹੈ ਔਰ ਬੱਚਿਆਂ ਦੀ ਨਾਲ ਵੀ ਇਹਨਾਂ ਦੀ ਥੋੜੀ ਕਾਉਂਸਲਿੰਗ ਹੋਣੀ ਚਾਹੀਦੀ ਹੈ ਤੇ ਅੱਜਕੱਲ ਜਿਸ ਤਰੀਕੇ ਦਾ ਮਾਹੌਲ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਕਿ ਲੜਕੀ ਇੰਸਟਾਗ੍ਰam ਤੇ ਵੀ ਉਹਨੂੰ ਜਾਣਦੀ ਸੀ ਫੇਸਬੁੱਕ ਤੇ ਵੀ ਉਹਨੂੰ ਜਾਣਦੀ ਸੀ ਤਾਂ ਇਹ ਜਿਹੜਾ ਨਾ ਕਿ ਬੱਚਿਆਂ ਨੂੰ ਵੀ ਕਾਉਂਸਲਿੰਗ ਦੀ ਬਹੁਤ ਜ਼ਰੂਰਤ ਹੈ ਇਸ ਚੀਜ਼ ਦੇ ਉੱਤੇ ਕਿ ਉਹ ਕਿਸੇ ਅਣਜਾਣ ਆਦਮੀ ਨਾਲ ਜਿਹਨੂੰ ਹਲੇ ਮਹੀਨਾ 2 ਮਹੀਨਾ ਪਹਿਲਾਂ ਤੁਸੀਂ ਮਿਲੇ ਹੋ ਔਰ ਤੁਸੀਂ ਇੰਨਾ ਖੁੱਲ ਜਾਓ ਕਿ ਉਹਦੇ ਬੁਲਾਉਣ ਤੇ ਤੁਸੀਂ ਕਮਰੇ ਚ ਚਲੇ ਜਾਓ ਇਹ ਜਿਹੜੀ ਕਾਉਂਸਲਿੰਗ ਬੱਚਿਆਂ ਦੀ ਵੀ ਹੋਣੀ ਚਾਹੀਦੀ ਹੈ ਔਰ ਸਕੂਲ ਦੇ ਪ੍ਰਸ਼ਾਸਨ ਦੀ ਵੀ ਹੋਣੀ ਚਾਹੀਦੀ ਹੈ ਕਾਲਜ ਦੇ ਪ੍ਰਸ਼ਾਸਨ ਦੀ ਵੀ ਹੋਣੀ ਚਾਹੀਦੀ ਹੈ ਕਿ ਸਿਕਿਉਰਿਟੀ ਦੇ ਲਈ ਤੁਸੀਂ ਬੱਚਿਆਂ ਦਾ ਕੀ ਕਰ ਰਹੇ ਹੋ ਕਿਉਂਕਿ ਮੈਮ ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕੀਤੀ ਕਿਉਂਕਿ ਸੋਸ਼ਲ ਮੀਡੀਆ ਨੂੰ ਲੈ ਕੇ ਪੋਜ਼ਿਟਿਵ ਵੀ ਹੈਗਾ ਨੈਗੇਟਿਵ ਵੀ ਹੈਗਾ ਉਹਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਅਵੇਅਰਨੈਸ ਦੀ ਅਸੀਂ ਗੱਲ ਕਰੀ ਜਿੱਦਾਂ ਤੁਸੀਂ ਕਿਹਾ ਕਿ ਅਵੇਅਰਨੈਸ ਜ਼ਰੂਰੀ ਹੋਣੀ ਚਾਹੀਦੀ ਹੈ ਹਮ ਦੇਖੋ ਅਵੇਅਰਨੈਸ ਹੈ ਸੋਸ਼ਲ ਮੀਡੀਆ ਦਾ ਹੀ ਦੌਰ ਹੈ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਹੀ ਤੁਸੀਂ ਜਿਹੜਾ ਆਪਣਾ ਬਹੁਤ ਅੱਛੀਆਂ ਗੱਲਾਂ ਮਿਲਦੀਆਂ ਨੇ ਸਿੱਖਣ ਨੂੰ ਬਹੁਤ ਪ੍ਰੋਗਰੈਸ ਵੀ ਕਰਦੇ ਨੇ ਲੋਕੀ ਇਸ ਨੂੰ ਬੜਾ ਕੁਝ ਸਿੱਖਦੇ ਵੀ ਨੇ ਮਗਰ ਉਹਦੇ ਨਾਲ ਨਾਲ ਜਿਹੜਾ ਹੈਗਾ ਇਹ ਇੱਕ ਕਦੇ-ਕਦੇ ਇੱਕ ਹਵਾਨੀਅਤ ਦਾ ਵੀ ਰੂਪ ਲੈ ਲੈਂਦਾ ਹੈ ਜਿਹੜਾ ਜਿਹੜਾ ਹੁਣ ਲਿੱਤਾ ਗਿਆ ਹੈ ਉਸ ਲੜਕੇ ਨੂੰ ਤੁਸੀਂ 2-3 ਮਹੀਨਿਆਂ ਤੋਂ ਜਾਣਦੇ ਹੋ ਸਿਰਫ ਔਰ ਉਹ ਇੱਕ ਚੀਜ਼ ਦਾ ਫਾਇਦਾ ਚੱਕ ਕੇ ਤੁਹਾਡੇ ਨਾਲ ਇੱਕ ਫ੍ਰੈਂਡਲੀ ਵੇ ਦੇ ਨਾਲ ਉਸ ਇਸ ਘਟਨਾ ਨੂੰ ਅੰਜਾਮ ਦੇ ਕੇ ਜਾਂਦਾ ਹੈ ਇਹਨਾਂ ਚੀਜ਼ਾਂ ਦੀ ਵੀ ਜਿਹੜੀ ਅਵੇਰਨੈਸ ਹੈ ਬੱਚਿਆਂ ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਮੈਮ ਇਸ ਬਾਰੇ ਹੁਣ ਪੁਲਿਸ ਅਫਸਰ ਨਾਲ ਤੁਹਾਡੀ ਗੱਲਬਾਤ ਹੋਈ ਹੈ ਇਸ ਪੂਰੇ ਮੈਟਰ ਨੂੰ ਲੈ ਕੇ ਕੀ ਹੋਇਆ ਮੇਰੀ ਅੱਜ ਸਵੇਰ ਦੀ ਉਹਨਾਂ ਦੇ ਨਾਲ ਆਈ ਈਨ ਟੱਚ ਵਿਦ them ਤੇ ਉਹਨਾਂ ਨੇ ਕਿਹਾ ਜੀ ਅਸੀਂ ਆਜ ਲੜਕਾ ਜਿਹੜਾ ਤੀਜਾ ਇਹ ਬਹੁਤ ਛੇਤੀ ਮੇ ਵੀ ਕਾਲਾ ਤੱਕ ਇਸ ਨੂੰ ਅਰੈਸਟ ਕਰ ਲਿਤਾ ਜਾਏਗਾ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਏਗਾ ਔਰ ਸਖਤੀ ਦੇ ਨਾਲ ਇਸ ਚੀਜ਼ ਨੂੰ ਨਿਪਟਾਇਆ ਜਾਏਗਾ ਉਹਨਾਂ ਨੇ ਜਿਹੜੀਆਂ ਧਾਰਾ ਵੀ ਲਾਈਆਂ ਹੈਗੀਆਂ ਨੇ 376 ਲਾਈ ਹੈ ਫਿਰ 506 ਲਾਈ ਹੈ ਗੈਂਗ ਰੇਡ ਦੀ ਵੀ ਲਾਈ ਹੈ ਹੈਗੀ ਆ ਉਹਦੇ ਅੰਦਰ ਫਿਰ ਕਮਿਊਨਲ ਜਿਹੜੀ ਹੈਗੀ ਆ ਇੰਟੀਮਿਡੇਸ਼ਨ ਦੀ ਵੀ ਲਾਈ ਹੈ ਬਿਲਕੁਲ ਠੀਕ ਧਾਰਾ ਲੱਗੀਆਂ ਹੋਈਆਂ ਨੇ ਔਰ ਇਹਨਾਂ ਨੂੰ ਸਪੇਅਰ ਨਹੀਂ ਕੀਤਾ ਜਾਏਗਾ ਤੇ ਬਿਲਕੁਲ ਬਹੁਤ ਕਲੀਅਰ ਹੈ ਜਿਦਾ ਮੈਮ ਨੇ ਵੀ ਦੱਸਿਆ ਕਿਉਂਕਿ ਇਸ ਤਰ੍ਹਾਂ ਦੀ ਚੀਜ਼ਾਂ ਹਾਲਾਂਕਿ ਸੋਸ਼ਲ ਮੀਡੀਆ ਜਿਹੜਾ ਪਲੇਟਫਾਰਮ ਹੈ ਇੱਕ ਪਾਸੇ ਪੋਜ਼ਿਟਿਵ ਹੈ ਤੇ ਇੱਕ ਪਾਸੇ ਨੈਗੇਟਿਵ ਵੀ ਹਾਲਾਂਕਿ ਇਸ ਪੂਰੇ ਮਾਮਲੇ 'ਚ ਹਾਲਾਂਕਿ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਾਲਜ ਪਰਮਸਿਸ ਦੇ ਵਿੱਚ ਗੈਂਗਰੇਪ ਹੁੰਦਾ ਹੈ ਔਰ ਜਿਸ ਤਰ੍ਹਾਂ ਦੀ ਚੀਜ਼ਾਂ ਸਿਚੁਏਸ਼ਨ ਹੋਈ ਹੈ ਹੁਣ ਤਾਂ ਹਾਲਾਂਕਿ ਪੁਲਿਸ ਦਾ ਇਨਵੈਸਟੀਗੇਸ਼ਨ ਦਾ ਪਾਰਟ ਇੱਕ ਜਲਦੀ ਇੱਕ ਕਾਬੂ ਕਰ ਲਿਆ ਜਾਏਗਾ ਦੋ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਲੇਕਿਨ ਮਹਿਲਾ ਰਾਜ ਕਮਿਸ਼ਨ ਵੱਲੋਂ ਵੀ ਇਦੇ ਵਿੱਚ ਹੁਣ ਸੂ ਮੋਟੋ ਲੈਂਦੇ ਹੋਏ ਪੁਲਿਸ ਤੋਂ ਪੂਰੀ ਡਿਟੇਲ ਰਿਪੋਰਟ ਜਿਹੜੀ ਆ ਮੰਗੀ ਗਈ ਹੈ ਔਰ ਕਿਸ ਤਰ੍ਹਾਂ ਦੀ ਚੀਜ਼ਾਂ ਰਹੀਆਂ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਜਿਹੜੀ ਹੈਗੀ ਲਾਪਰਵਾਹੀ ਆ ਫਿਰ ਹੋਰ ਕਿਸ ਤਰ੍ਹਾਂ ਸਿਕਿਉਰਿਟੀ ਚੀਜ਼ਾਂ ਹੋਣੀ ਚਾਹੀਦੀ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇੱਕ ਰਿਪੋਰਟ ਜਿਹੜੀ ਆ ਉਹ ਜਿਹੜੀ ਆ ਮੰਗੀ ਗਈ ਹੈ ਮੌਲੀ ਤੋਂ ਕੈਮਰਾਮੈਨ ਸੁਖਜਿੰਦਰ ਸਿੰਘ ਨਾਲ ਮਨੋਜ ਰਾਠੀ نیوز 18 ਪੰਜਾਬ